ਉਹ ਮੈਂ ਕਿਹਾ ਮੇਰਾ ਬਾਪੂ ਨੂੰ ਪਤਾ ਹੋਵੇ ਤਾਂ ਮਤਲਬ ਤੇ ਮਾਮਾ ਨੇ ਡਾਂਗ ਥੋੜਾ ਕੱਢ ਕੇ ਲਿਆਉਣੀ, ਉਹਨੇ ਤੇ ਗੁਲਾਬ ਦਾ ਫੁੱਲ ਕੱਢ ਕੇ ਲਿਆਉਣਾ ਅੰਦਰੋਂ। ਅੱਛਾ ਸੋ ਭਾਅ ਜੀ ਗੱਲ ਕਰਦੇ ਹਾਂ, ਸਾਡੇ ਤੁਹਾਨੂੰ ਪਤਾ ਅੰਮ੍ਰਿਤਸਰ ਦੇ ਵਿੱਚ ਨਾ ਯੂਨੀਵਰਸਿਟੀ ਦੇ ਖਾਲਸਾ ਕਾਲਜ ਦੇ ਵਿੱਚ ਫੋਟੋ ਸਟੇਟ ਬੜੀ ਮਹਿੰਗੀ ਹੋ ਗਈ ਅਤੇ ਸਾਡੇ ਕੁਝ ਕਲਾਕਾਰਾਂ ਨੇ ਦੁਕਾਨਾਂ ਪਾ ਲਈਆਂ ਫੋਟੋ ਸਟੇਟ ਦੀਆਂ। ਅਤੇ ਸਭ ਤੋਂ ਪਹਿਲਾਂ ਕਿੰਨਾ ਨੇ ਦੁਕਾਨ ਪਾਈ? ਮੇਰੇ ਆਦਰਸ਼ ਨੇ, ਗੁਰਪ੍ਰੀਤ ਘੁੱਗੀ ਭਾਅ ਜੀ। ਅੱਛਾ ਗੁਰਪ੍ਰੀਤ ਘੁੱਗੀ ਭਾਅ ਜੀ ਹੁਣ ਆਉਂਦੇ ਦੁਕਾਨ ਖੋਲੀ, ਕਿਹੜੇ ਹਿਸਾਬ ਨਾਲ ਦੁਕਾਨ ਖੋਲਣ ਡੇ? ਆਦੂ ਜੀ ਮਹਾਰਾਜ ਕਿੱਦਾਂ ਦੀਆਂ ਗੱਲਾਂ ਕਰਦੇ ਹੀ ਆ। ਮੈਂ ਅਜੇ ਆਣ ਕੇ ਦੁਕਾਨ ਹੀ ਖੋਲੀ ਆ ਤੇ ਦੁਕਾਨ ਮੇਰੀ ਸਵਾਹ ਚੜਣੀ, ਮੇਰੀ ਤਾਂ ਕੋਈ ਸ਼ਾਹੀ ਚੁੱਕ ਕੇ ਲੈ ਗਿਆ ਜੀ। ਉਹਦੀ ਆ ਸ਼ੁਕਰ ਕਰੋ ਮੇਰੇ ਲਾਗੇ ਜਾਨੀ ਲੀਵਰ ਜੀ ਖਲੋਤੇ ਸੀ, ਮੈਂ ਦੋ ਡੱਬੇ ਪਾਣੀ ਦੇ ਭਰ ਕੇ ਇਹਨਾਂ ਦੇ ਮੂੰਹ ਦੇ ਮਾਰੇ ਤੇ ਸ਼ਾਹੀ ਇਕੱਠੀ ਕੀਤੀ ਜੇ ਅਤੇ ਸਵੇਰ ਦੇ ਪ੍ਰਿੰਟ ਕੱਢੇ ਹੱਦ ਹੋ ਗਈ ਮਹਾਰਾਜ। ਅੱਛਾ ਸਾਡੇ ਗੁਰਪ੍ਰੀਤ ਭਾਅ ਜੀ ਗਏ ਅਤੇ ਇਹਨਾਂ ਦੇ ਨਾਲ ਦੀ ਦੁਕਾਨ ਹੈਗੀ ਬਾਲੀਵੁੱਡ ਦੇ ਅਦਾਕਾਰ ਨਾਨਾ ਪਾਟੇਕਰ ਜੀ ਦੀ, ਉਹ ਬੜੀ ਸੁਸਤੀ ਜਿੱਤਰੇ ਆਉਂਦੇ। ਅੱਛਾ ਹੈ, ਅੱਛਾ ਹੈ, ਅੱਛਾ ਹੈ, ਅੱਛਾ ਅੱਛਾ ਹੈ। ਘੁੱਗੀ ਭਾਅ ਜੀ ਕੀ ਕਹਿਣ ਡੇ? ਗੱਲ ਸੋਹਣਾ ਕੀ ਅੱਛਾ ਹੈਗਾ, ਰੋਈ ਕਿਹੜੀ ਗੱਲੋਂ ਜਾਣ ਡਿਆ ਆਈ ਹੂੰ? ਅਰੇ ਮੈਂ ਰੋ ਨਹੀਂ ਰਹਾ ਹੂੰ, ਅਰੇ ਮੈਂ ਹੱਸਦਾ ਹੀ ਐਸੇ ਹੂੰ। ਅੱਛਾ ਨਾਨਾ ਪਾਟੇਕਰ ਜੀ ਗਏ, ਉਹਨਾਂ ਦੇ ਨਾਲ ਦੀ ਦੁਕਾਨ ਘੁੱਗੀ ਭਾਅ ਜੀ ਹੋਣਾਂ ਦੀ ਹੈਗੀ, ਸਾਡੇ ਪੰਜਾਬ ਦੇ ਅਤੇ ਮੇਰੇ ਫੇਵਰੇਟ ਗੁੱਗੂ ਗਿੱਲ ਜੀ, ਉਹਨਾਂ ਵਾਸਤੇ ਤਾੜੀਆਂ। ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਨਾ ਟੋਕਣ ਵੇਚਣੇ ਸ਼ੁਰੂ ਕੀਤੇ ਸਾਈਕਲਾਂ ਦੀ ਦੁਕਾਨ 'ਤੇ, ਘੁੱਗੀ ਭੱਜ ਗਏ, ਦੁਕਾਨ ਉਹਨਾਂ ਦੀ ਬੰਦ। ਘੁੱਗੀ ਭੱਜ ਕਹਿੰਦੇ ਹੱਦ ਹੋ ਗਈ ਮਾਰੇ ਗਿੱਲ ਸਾਹਿਬ, ਦੁਕਾਨ ਬੰਦ ਕੀਤੀ ਆ, ਟੋਕਣ ਫੜੇ ਰਹੇ ਹੱਥ 'ਚ। ਅਤੇ ਅੱਗੋਂ ਗੁੱਗੂ ਗਿੱਲ ਜੀ ਕੀ ਕਹਿੰਦੇ? ਓਏ ਮਜ਼ਬੂਰੀ ਕਈ ਵਾਰ ਇਨਸਾਨ ਨੂੰ ਕੀ ਤੋਂ ਕੀ ਬਣਾ ਦਿੰਦੀ ਹੈ ਗੁਰਪ੍ਰੀਤ। ਓਏ ਤੇਰੇ ਸਿੱਧੇ ਸਾਦੇ ਜਿਉਣੇ ਨੂੰ ਇਹਨਾਂ ਯੂਨੀਵਰਸਿਟੀ ਦੀਆਂ ਕੁੜੀਆਂ ਨੇ ਫੋਟੋ ਸਟੇਟ ਦੀ ਦੁਕਾਨ ਬੰਦ ਕਰਨ 'ਤੇ ਮਜਬੂਰ ਕਰ ਦਿੱਤਾ ਹੈ ਭੈਣ ਦਿਆ ਵੀਰਾ। ਓਏ ਦੁਕਾਨ ਬੰਦ ਕਰਨ 'ਤੇ ਮਜਬੂਰ ਕਰ ਦਿੱਤਾ ਹੈ ਅਤੇ ਹੱਥ ਵਿੱਚ ਸਾਈਕਲਾਂ ਦੇ ਟੋਕਣ ਦੇ ਦਿੱਤੇ ਹੀ ਭੈਣ ਦਿਆ ਵੀਰਾ। ਪਰ ਮੈਨੂੰ ਇਹ ਪਤਾ ਨਹੀਂ ਲੱਗਦਾ ਮੇਰੀ ਦੁਕਾਨ 'ਤੇ ਸੋਹਣੀਆਂ ਸੋਹਣੀਆਂ ਕੁੜੀਆਂ ਕਿਉਂ ਨਹੀਂ ਆਉਂਦੀਆਂ। ਘੁੱਗੀ ਭਾਅ ਜੀ ਕੀ ਕਹਿਣ ਡੇ? ਹੱਦ ਹੋ ਗਈ ਮਹਾਰਾਜ, ਤੇਰੀ ਦੁਕਾਨ 'ਤੇ ਕੁੜੀਆਂ ਸਵਾਹ ਹੋਣੀਆਂ ਵਾ? ਮਹਾਰਾਜ ਦੋ ਤੁਸੀਂ ਪ੍ਰਿੰਟ ਕੱਢ ਦਿੰਦੇ, ਤਿੰਨ ਫੈਰ ਕੱਢ ਦਿੰਦੇ ਜੇ, ਠਾ ਠਾ, ਅਤੇ ਕੁੜੀਆਂ ਕਿੱਦਾਂ ਹੋਣੀਆਂ ਜੇ? ਅੱਛਾ ਗੁੱਗੂ ਗਿੱਲ ਜੀ ਗਏ, ਉਹ ਤੋਂ ਬਾਅਦ ਸਾਡੇ ਪੰਜਾਬੀ ਫਿਲਮਾਂ 'ਤੇ ਜੋਗਰਾਜ ਸਿੰਘ ਜੀ ਆ ਗਏ, ਉਹਨਾਂ ਦੀ ਦੁਕਾਨ 'ਤੇ ਸੋਹਣੀ ਜਿਹੀ ਕੁੜੀ ਆਈ, ਉਹਨਾਂ ਟੋਪ ਪਾਇਆ, ਜੀਨ ਪਾਈ, ਅਤੇ ਉਹ ਕੁੜੀ ਨੂੰ ਵੇਖ ਕੇ ਕੀ ਕਹਿਣ ਡੇ? ਕੁੜੀ ਡਰਦੀ ਪਿਛਾਹ ਜਾਣੀ ਜਾਣੀ, ਕੁੜੀ ਨੂੰ ਕਹਿਣ ਡੇ, ਆਏ ਕਿੱਥੇ ਅੱਗ ਲਾਉਣ ਚੱਲੀ ਐ ਮੁਟਿਆਰੇ, ਓਏ ਜੱਟ ਦੇ ਦਿਲ 'ਚ ਬਲਦੇ ਭਾਂਬੜ ਕਿਹਨੇ ਠੰਡੇ ਕਰਨੇ ਆਈ ਹੋ? ਹੱਦ ਹੋ ਗਈ ਮਹਾਰਾਜ, ਬੱਚੀ ਫੋਟੋ ਸਟੇਟ ਕਰਾਉਣ ਆਈ ਤੇ ਤੁਸੀਂ ਉਹਦੇ ਕੋਲ ਅੱਗਾਂ ਹੀ ਲਵਾਈ ਜਾਣ ਡੇ ਜੇ।